ਬਠਿੰਡਾ ਡੱਬਵਾਲੀ ਹਾਈਵੇ ਤੇ ਬਣੀ ਗਹਿਰੀ ਬੁੱਟਰ ਪਿੰਡ ਦੇ ਵਿੱਚ ਇਸ ਫੈਕਟਰੀ ਦੇ ਵਿੱਚ ਦੇਰ ਰਾਤ ਭਿਆੰਕਰ ਅੱਗ ਲੱਗੀ ਸੀ। ਇਸ ਅੱਗ ਦੇ ਵਿੱਚ 3 ਲੋਕਾਂ ਦੀ ਜਾਨ ਚਲੇ ਗਈ। ਅੱਗ ਲੱਗਣ ਤੋਂ ਬਾਅਦ ਬਹੁਤ ਸਾਰੇ ਨਿਸ਼ਾਨ ਹੈ ਉਹ ਪਿੱਛੇ ਬਾਕੀ ਰਹਿ ਗਏ। ਤੁਸੀਂ ਤਸਵੀਰਾਂ 'ਚ ਦੇਖੋ ਕਿ ਉਹ ਟਰੱਕ ਨੇ ਜਿਹੜੇ ਮੌਕੇ ਦੇ ਉੱਪਰ ਅੱਗ ਦੇ ਨਾਲ ਬੁਰੀ ਤਰ੍ਹਾਂ ਸੜ ਗਏ। ਔਰ ਅੱਗੇ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਤੁਹਾਨੂੰ। ਹਾਲਾਂਕਿ ਫੈਕਟਰੀ ਦੇ ਵਿੱਚ ਜਾਣ ਤੋਂ ਮਨਾਹੀ ਹੈ, ਫੈਕਟਰੀ ਨੂੰ ਬਾਹਰੋਂ ਬੰਦ ਕਰ ਦਿੱਤਾ ਗਿਆ, ਪਰ ਬਹੁਤ ਸਾਰੇ ਨਿਸ਼ਾਨ ਨੇ ਜਿਹੜੇ ਅੱਗ ਪਿੱਛੇ ਛੱਡ ਗਏ। ਔਰ 3 ਮਾਸੂਮ ਲੋਕਾਂ ਦੀ ਜਾਨ ਹੈ ਉਹ ਕਿਤੇ ਨਾ ਕਿਤੇ ਇਸ ਫੈਕਟਰੀ 'ਚ ਗਈ ਹੈ। ਇਹ ਮਜ਼ਦੂਰ ਸੀ ਜਿਹੜੇ ਕੰਮ ਕਰਦੇ ਸੀ, ਨਾਲ ਦੇ ਪਿੰਡਾਂ ਦੇ ਕੰਮ ਕਰਨ ਵਾਲੇ ਲੋਕ ਸੀ, ਜਿਨ੍ਹਾਂ ਦੀ ਜਾਨ ਕਿਤੇ ਨਾ ਕਿਤੇ ਇਸ ਅੱਗ ਦੇ ਵਿੱਚ ਗਈ ਹੈ। ਕੁਝ ਲੋਕ ਪਿੰਡ ਦੇ ਖੜ੍ਹੇ ਨੇ, ਆਪਾਂ ਗੱਲਬਾਤ ਵੀ ਉਹਨਾਂ ਨਾਲ ਕਰਦੇ ਹਾਂ। ਬਾਈ, ਕਿਵੇਂ ਦੇਖਦੇ ਹੋ ਐਡੀ ਮੰਦਭਾਗੀ ਘਟਨਾ ਘਟ ਗਈ, 3 ਬੰਦਿਆਂ ਦੀ ਜਾਨ ਚਲੀ ਗਈ, ਕਿਵੇਂ ਦੇਖਦੇ ਹੋ? ਆਪਾਂ ਤਾਂ ਕੀ ਦੇਖਦੇ ਜੀ, ਤੁਹਾਨੂੰ ਠੇਕੇਦਾਰ ਦੱਸੇ ਹੋਇਆ ਤਾਂ ਖੈਰ ਮਾੜਾ ਹੀ ਹੈ ਜੀ, ਜਿਨ੍ਹਾਂ ਦੇ ਘਰ ਦੇ ਚਿਰਾਗ ਬੁੱਝ ਗਏ, ਕਿਉਂਕਿ ਵਿਚਾਰੇ ਮਜ਼ਦੂਰੀ ਕਰਨ ਆਏ ਸੀ। ਉਮਰ ਵੀ ਮੇਰੇ ਖਿਆਲ 22-22 ਸਾਲ ਦੀ ਦੱਸਦੇ ਸੀਗੇ। ਔਖਾ ਕਿੰਨਾ ਹੋ ਗਿਆ ਬਾਈ? 18-19 ਸਾਲ ਦੇ ਸੀਗੇ। ਹਾਂ, 3 ਬੱਚੇ ਸੀ, 3 ਅੰਦਰ ਖਤਮ ਹੋ ਗਏ ਯਾਰ। ਪਹਿਲਾਂ ਪੜ੍ਹਦੇ ਸੀ, ਤੜਕੇ ਦਿਨੇ ਪੜ੍ਹਨ ਜਾਂਦੇ ਸੀ, ਰਾਤ ਨੂੰ ਉੱਥੇ ਆਉਂਦੇ ਹੁੰਦੇ ਸੀਗੇ। ਗਰੀਬ ਘਰ ਦੇ ਬੱਚੇ ਸੀਗੇ, ਮੱਤੇ ਮੌਤ ਹੋ ਗਈ ਚਾਰਿਆਂ ਦੀ। ਬਹੁਤ ਤੁਸੀਂ ਤਾਂ ਬਾਈ ਪਿੰਡ ਵਾਲੇ ਨਾਲ ਵੇਖਿਆ ਹੋਊਗਾ, ਅੱਗ ਬਹੁਤ ਦੂਰ ਤੱਕ ਕਹਿੰਦੇ ਖੜਕਾ ਬੜਾ ਹੋਇਆ ਸੀ, ਉਦੋਂ ਬਲਾਸਟ ਹੋਇਆ ਹੈਗਾ, ਕੀ ਹੋਇਆ? 4 ਪਿੰਡਾਂ ਭੁੱਖਿਆਂ ਵਾਲੇ, ਸਾਡਾ ਗਹਿਰੀ ਬੋਟਰ ਮਹਿਤਾ ਸਾਹਿਬ, ਜਿਹਦੀ ਹੱਕ ਲੱਗਦੀ, ਲਾਟਾਂ ਪਈਆਂ ਲੱਗਦੀਆਂ ਸੀ। ਪਿੰਡ ਆ ਗਿਆ, ਪੁਲਿਸ ਆ ਗਈ, SSP DSP ਤਹਿਸੀਲਦਾਰ ਸਾਰੇ ਇੱਥੇ ਆ ਗਏ ਸੀਗੇ, ਕਵਰ ਕਰ ਲਿਆ ਸੀਗਾ, ਸ਼ੇਰਗੜ੍ਹ ਦੇ ਲੋਕ ਆ ਗਏ ਸੀਗੇ। ਹਾਂ, ਉਹ ਬਾਈ ਪਤਾ ਲੱਗਿਆ ਕਾਰਨ ਦਾ, ਕਾਰਨ ਕੀ ਸੀ? ਕਹਿੰਦੇ ਸਿਲੰਡਰ ਅੰਦਰ ਬਲਾਸਟ ਹੋ ਗਿਆ, ਕਈ ਪਿੰਡਾਂ ਵਾਲੇ ਕਹਿੰਦੇ ਸਿਲੰਡਰ ਨਹੀਂ ਹੋਣੀ ਚਾਹੀਦੇ, ਕੀ ਲੱਗਦਾ ਬਾਈ ਤੁਹਾਨੂੰ? ਸਿਲੰਡਰ ਤਾਂ ਜੀ ਪਹਿਲੀ ਕੰਮ ਪਰਾਂ ਪਏ, 28-29 ਸਿਲੰਡਰ ਹੁੰਦੇ ਨੇ ਉਹ, 3 ਕੁਆਟਰ ਗੈਸ ਹੁੰਦੀ ਇੱਕ 'ਚ, ਉਹ ਪਰਾਂ ਪਏ ਸੀਗੇ ਆਪਦੇ। ਉੱਧਰ ਨਹੀਂ ਬਾਈ, ਇੱਧਰ ਅਲੱਗ ਪਈ ਆ, ਇੱਧਰ ਰੈਂਪ ਲਾਉਂਦੇ ਹੁੰਦੇ ਨੇ ਉਹ ਰੋਲਾਂ ਦਾ, ਉੱਥੋਂ ਪਈ ਆ ਅੱਗ। ਬਿਲਕੁਲ, ਅੱਗੇ ਤੁਹਾਨੂੰ ਫੈਕਟਰੀ ਵਾਲੇ ਪਾਸੇ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਉਹ ਫੈਕਟਰੀ ਹੈ ਜਿਹੜੀ ਬੁਰੀ ਤਰ੍ਹਾਂ ਜਲ ਕੇ ਰਾਖ ਹੋ ਗਈ, ਅੰਦਰ ਨੁਕਸਾਨ ਹੈ ਜਿਹੜਾ ਫੈਕਟਰੀ ਦੇ ਵਿੱਚ, ਉਹ ਵੀ ਦੱਸਦੇ ਆ ਕਿ ਲੱਖਾਂ ਰੁਪਏ ਦਾ, ਕਰੋੜਾਂ ਰੁਪਏ ਨੁਕਸਾਨ ਹੈ। ਔਰ ਇਹ ਗੱਦੇ ਬਣਾਉਣ ਦੀ ਫੈਕਟਰੀ ਸੀ ਜਿੱਥੇ ਗੱਦੇ ਬਣਦੇ ਸੀ। ਤੁਸੀਂ ਇਸ ਪਾਸੇ ਤਸਵੀਰਾਂ ਵੀ ਦੇਖੋ, ਔਰ ਇਸ ਪਾਸੇ ਵੀ ਲੋਕ ਬੈਠੇ ਨੇ ਜਿਹੜੇ ਕਿ ਅੰਦਰ ਮਜ਼ਦੂਰੀ ਕਰਦੇ ਨੇ। ਹਾਲਾਂਕਿ ਅੰਦਰ ਜਿਹੜੀ ਫੈਕਟਰੀ ਹੈ ਉਸ ਦਾ ਗੇਟ ਹੈ ਉਹ ਬੰਦ ਕਰ ਦਿੱਤਾ ਗਿਆ, ਔਰ ਅੰਦਰ ਜਾਣ ਵਾਸਤੇ ਹੈ ਜਿਹੜਾ ਉਹ ਕਿਤੇ ਨਾ ਕਿਤੇ ਰੋਕਿਆ ਹੋਇਆ। ਪਰ ਇੱਕ ਵਾਰ ਤਸਵੀਰਾਂ ਤੁਹਾਨੂੰ ਦਿਖਾਉਣਾ ਕਿ ਅੰਦਰ ਕਿਸ ਤਰ੍ਹਾਂ ਦੇ ਹਾਲਾਤ ਨੇ। ਅੰਦਰ ਵੀ ਤੁਸੀਂ ਤਸਵੀਰਾਂ ਵੇਖੋ ਕਿ ਅੰਦਰ ਵੀ ਬੇਸ਼ੱਕ ਆ ਦਰਵਾਜ਼ਾ ਹੈ, ਬਾਰੀਆਂ ਬੰਦ ਕਰ ਦਿੱਤੀ ਗਈ ਹੈ। ਫੈਕਟਰੀ ਵਾਲੇ ਬੋਲਣ ਨੂੰ ਤਿਆਰ ਨਹੀਂ ਆ, ਹੋ ਸਕਦਾ ਕੋਈ ਨਾ ਕੋਈ ਆਪਦੀ ਨਾਕਾਮੀ ਹੈ ਉਹ ਛੁਪਾਉਂਦੇ ਹੋਣ, ਪਰ ਕਿਤੇ ਨਾ ਕਿਤੇ ਜਾ ਕੇ 3 ਮਜ਼ਦੂਰਾਂ ਦੀ ਜ਼ਿੰਦਗੀ 'ਤੇ ਭਾਰੀ ਹੀ ਪਈ ਹੈ। ਇਹ ਵੀ ਪ੍ਰਵਾਸੀ ਮਜ਼ਦੂਰ ਨੇ ਜਿਹੜੇ ਇਸ ਫੈਕਟਰੀ ਦੇ ਵਿੱਚ ਕੰਮ ਕਰਦੇ ਨੇ। ਕਿਤਨਾ ਬੜਾ ਹਾਦਸਾ ਹੋ ਗਿਆ ਰਾਤ ਕੋ, ਦਿਲ ਕਿਤਨਾ ਉਦਾਸ ਹੋ ਗਿਆ। ਆਪ ਵੀ ਯਹਾਂ ਪੇ ਕੰਮ ਕਰਦੇ ਹੋ ਜੀ, ਤੋ ਕਿਆ ਦੇਖਾ ਆਪਣੇ ਰਾਤ? ਪੂਰਾ ਬਵੰਡਰ ਹੋ ਗਿਆ ਸਾਹਿਬ, ਪੂਰਾ ਬਲਾਸਟ ਹੈ ਸਰ। 5 ਮਿੰਟ ਲਗਾ ਪੂਰਾ ਫਿਟੜੀ ਚਲ ਗਿਆ, ਮੈਨੂੰ ਗਾੜੀ ਆਇਆ, ਫਿਰ ਪਾਣੀ ਬਾਰੇ ਬੁਝਾਇਆ ਫਿਰ। ਅੱਛਾ, ਮਨ ਕਿਤਨਾ ਡਰ ਰਿਹਾ, ਆਪ ਵੀ ਵਹਾਂ ਪੇ ਲੇਬਰ ਕਾ ਕਾਮ ਕਰਤੇ, ਉਹ ਵੀ ਆਪਕੇ ਸਾਥੀ ਥੇ, ਯਹਾਂ ਪੇ ਸਾਥ ਵਾਲੇ ਗਾਓ ਮੇ ਰਹਤੇ ਥੇ, ਦਿਲ ਕਿਤਨਾ ਡਰ ਰਿਹਾ ਅੰਦਰ ਫੈਕਟਰੀ ਮੇ ਜਾਣੇ ਕੇ ਲੀਏ? ਦਿਲ ਤੋ ਡਰ ਰਿਹਾ ਹੈ, ਹਾਂ ਤੋ ਮਨ ਨਹੀਂ ਕਰ ਰਿਹਾ ਕਾਮ ਕਰਨੇ ਕੇ ਲੀਏ। ਕਿਆ ਕਾਰਨ ਕਿਆ ਰਹਾ ਹੋਗਾ ਆਪਣੇ ਫੈਕਟਰੀ ਕੇ ਚੱਪੇ ਚੱਪੇ ਕਾ ਪਤਾ ਹੈ ਕਹਾਂ ਪੇ ਕਿਆ ਕਾਮ ਚਲਤਾ ਹੈ? ਕੁਛ ਸਿਲੰਡਰ ਬਲਾਸਟ ਕੀ ਬਾਤ ਕਰੇ ਕਿ ਬਹੁਤ ਜ਼ੋਰਦਾਰ ਧਮਾਕਾ ਹੁਆ ਥਾ, ਹੁਆ ਕਿਆ ਥਾ? ਸਿਲੰਡਰ ਤੋ ਚਾੜੇਬਲ ਹੈ ਇਸਕਾ, ਕਹਾਂ ਚਿੰਗਾਰੀ ਮਾਰਾ ਪਤਾ ਨਹੀਂ ਇਸਕਾ, ਹਮ ਤੋ ਬਾਹਰ ਬੈਠੇ ਥੇ ਇਧਰ। ਅੱਛਾ, ਸਿਲੰਡਰ ਸੇ ਕਿਆ ਕਾਮ ਕਰਤੇ ਅੰਦਰ? ਸਿਲੰਡਰ ਕਾਫੀ ਬਤਾ ਰਹੇ ਹੈਂ, ਕਾਫੀ ਸਿਲੰਡਰ ਅੰਦਰ ਕਹਿ ਰਹੇ ਹੈਂ। ਕਿਆ 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 ਲੱਗ ਰਿਹਾ ਬਾਈ, ਆਪ ਵਹਾਂ ਪੇ ਥੇ, ਅੰਦਰ ਕਹਿ ਰਹੇ ਕਾਫੀ ਸਿਲੰਡਰ ਹੈ, ਮਨ ਕਿਤਨਾ ਡਰ ਰਿਹਾ ਹੈ ਆਪ ਦੁਬਾਰਾ ਫੈਕਟਰੀ ਮੇ ਜਾਣੇ ਕੋ? ਬਾਤ ਕਰ ਰਹੇ, ਦਿਲ ਕਰ ਰਿਹਾ ਕਿ ਨਹੀਂ ਕਰ ਰਹਾ? ਨਹੀਂ ਕਰ ਰਹਾ, ਨਹੀਂ ਕਰ ਰਹਾ। ਤੋ ਕਿਆ ਲੱਗਦਾ ਉਸ ਬਾਈ ਕੇ ਸਾਥ ਕਿਆ ਹੋਇਆ ਜੋ 3 ਲੋਕ ਚਲੇ ਗਏ ਵਿਚਾਰੇ, ਜਾਨ ਚਲੇ ਗਈ ਉਨਕੀ? ਬਹੁਤ ਬੁਰਾ, ਜਲ ਗਿਆ, ਜਲ ਗਿਆ ਵੋ, ਜਲ ਗਿਆ। ਤੋ ਕਿਆ ਕਾਰਨ ਕਿਆ ਲੱਗਤਾ, ਆਪ ਤੋ ਫੈਕਟਰੀ ਕੇ ਅੰਦਰ ਕਾਮ ਵੀ ਕਰ ਰਹੇ ਹੋ, ਕਿਆ ਕਾਰਨ ਕਿਆ ਲੱਗਦਾ ਹੈ ਆਗ ਕਾ? ਕਾਰਨ ਕਿਆ ਲੱਗੇਗਾ, ਡਰ ਲੱਗਣੇ ਲਗਾ, ਕਾਮ ਕਰਨੇ ਕੀ ਇੱਛਾ ਨਹੀਂ ਕਰਤਾ ਹੈ।